ਅੱਛਾ ਸਰ ਜੀ, ਤੁਹਾਡੇ ਉਸਤਾਦ ਦਾ ਕੀ ਨਾਂ ਸੀ? ਉਸਤਾਦ ਮੇਰਾ ਜੀ ਵਾਪਸੀ, ਅੱਲਾਹ ਨੂੰ ਜੰਨਤ ਨਸੀਬ ਕਰੇ, ਅਤੇ ਆਹ ਮੇਰਾ ਸ਼ਾਗਿਰਦ ਇਸਲਾਮ, ਹੋਰ ਵੀ ਬੜੇ ਸ਼ਾਗਿਰਦ ਨੇ। ਅਤੇ ਤੁਹਾਡਾ ਉਸਤਾਦ ਦੀ ਕਿੰਨੀ ਉਮਰ ਸੀ ਤਕਰੀਬਨ, ਜਦੋਂ ਤੁਹਾਡੀ ਕੀ ਉਮਰ ਸੀ ਜਦੋਂ ਤੁਸੀਂ ਕਬੂਤਰਬਾਜ਼ੀ ਸ਼ੁਰੂ ਕੀਤੀ, ਯਾਨੀ ਕਿ ਜਦੋਂ ਤੁਸੀਂ ਆਪਦਾ ਉਸਤਾਦ ਫੜਿਆ? 20 ਸਾਲ ਮੇਰੀ ਉਮਰ ਹੋਵੇਗੀ, ਮੇਰੇ ਉਸਤਾਦ ਦੀ ਹੈਗੀ ਸੀ ਉਦੋਂ 60-70 ਸਾਲ ਉਮਰ। ਅਤੇ ਹਾਂ, ਉਸਤਾਦ ਇੰਡੀਆ ਜੀ ਵੀ ਉਡਾਉਂਦਾ ਰਿਹਾ ਜੀ, ਬੜਾ ਕਾਬਲ ਉਸਤਾਦ ਸੀ, ਅੱਲਾਹ ਨੂੰ ਜੰਨਤ ਨਸੀਬ ਕਰੇ। ਕਿਸੇ ਦੇ ਤਾਂ ਇੱਕ ਇੱਕ ਮੋੜ ਹੁੰਦੇ ਨੇ, ਮੇਰੇ ਉਸਤਾਦ ਦੇ ਕੋਈ 40 ਮੋੜ, ਅਤੇ ਪਾਣੀਆਂ ਦਾ ਕੋਈ ਹਿਸਾਬ ਕੋ ਨਹੀਂ। ਉਸਤਾਦ ਨੇ ਕਾਪੀ ਮੈਨੂੰ ਦਿੱਤੀ ਸੀ, ਅਤੇ ਤਕਰੀਬਨ ਮੈਨੂੰ ਵੀ ਹੋ ਗਏ 25 ਸਾਲ ਕਬੂਤਰਬਾਜ਼ੀ ਕਰਦੇ ਨੇ, ਅਤੇ ਉਸਤਾਦ ਦੀ ਕਾਪੀ ਦੇ ਹਾਲੇ ਪਾਣੀ ਨਹੀਂ ਮੁੱਕੇ, ਇੰਨੇ ਉਸਤਾਦ ਦੇ ਪਾਣੀ ਹੈਗੇ ਨੇ ਦਵਾਈਆਂ। ਬਹੁਤ ਕਾਬਲ ਉਸਤਾਦ ਸੀ ਅੱਲਾਹ ਨੂੰ ਜੰਨਤ। ਅੱਛਾ ਯਾਰ, ਉਸ ਦੌਰ ਦੇ ਵਿੱਚ ਥੋੜ੍ਹਾ ਜਦੀਦ ਦਾ ਦੌਰ ਸੀ, ਤੁਹਾਨੂੰ ਸ਼ੌਕ ਕਿਵੇਂ ਲੱਗਿਆ ਅਤੇ ਕਿੱਥੋਂ ਲੱਗਿਆ ਸੀ? ਸ਼ੌਕ ਤਾਂ ਮੈਨੂੰ ਲੱਗਿਆ ਇੱਥੇ, ਸਾਡੇ ਪਹਿਲੇ ਵੀ ਕਬੂਤਰਬਾਜ਼ ਹੈਗੇ ਸਨ, ਪਰ ਅਸਲ ਸ਼ੌਕ ਮੈਨੂੰ ਉਸਤਾਦ ਇਹਨਾਂ ਬਾਬਤ ਦੇ ਵਜ੍ਹਾ ਤੋਂ ਹੀ ਲੱਗਿਆ। ਉਹਨੇ ਹੀ ਮੈਨੂੰ ਦੱਸਿਆ, ਸਾਰੀ ਗੱਲ ਸਮਝਾ ਜੀ। ਪਹਿਲੇ ਦਿਨ ਇਹੀ ਹੀ ਸਮਝਾ ਜੀ, ਪੁੱਤਰ ਕਿਸੇ ਕੋਲ ਕਬੂਤਰ ਲੈ ਕੇ ਨਹੀਂ ਜਾਣਾ, ਆਪਣਾ ਖੁਦ ਉਡਾਉਣਾ। ਅਤੇ ਮੈਂ ਖੁਦ ਹੀ ਉਡਾਉਂਦਾ ਰਿਹਾ, 36 ਦਿਨ ਵੀ ਉਡਾਇਆ, ਖੁਦ ਉਡਾਇਆ। 11 ਦਿਨ ਮੇਰੇ ਨੇ ਉਸਤਾਦ ਦੇ ਉੱਡੇ ਨੇ ਪਹਿਲੇ, ਉਹ ਵੀ ਖੁਦ ਉਡਾਇਆ। ਫਿਰ 22 ਦਿਨ ਉੱਡੇ ਨੇ ਸਾਡੇ, ਉਹ ਵੀ ਮੈਂ ਖੁਦ ਉਡਾਇਆ। ਅਤੇ 36 ਦਿਨ ਵੀ ਜਿਹੜਾ ਹੈ, ਮੇਰਾ ਤਕਰੀਬਨ 2-2.5 ਰੁਪਏ ਖਰਚਾ ਸੀ, ਅਤੇ ਮੁਸਤਫਾ ਦਾ ਉਸ ਦੌਰ ਦੇ ਵਿੱਚ 200 ਖਰਚਾ ਸੀ ਮੋੜ ਦਾ। ਮੇਰਾ ਸਿਰਫ 2-2.5 ਰੁਪਏ ਖਰਚਾ ਸੀ ਮੋੜ ਦਾ, ਅਤੇ ਬਦਾਮਾਂ ਦਾ ਖਰਚਾ ਸੀ ਬਸ। ਉਸਤਾਦ ਮੇਰਾ ਬੜਾ ਕਾਬਲ ਸੀ ਅੱਲਾਹ ਨੂੰ ਜੰਨਤ ਨਸੀਬ ਕਰੇ। ਕਿੰਨੇ ਕਿੰਨੇ ਤੁਹਾਡੇ ਸਟਾਰਟਿੰਗ ਸ਼ੁਰੂ ਸੀ ਉਸ ਦੌਰ ਦੇ ਵਿੱਚ? ਸਭ ਤੋਂ ਪਹਿਲੀ ਗੱਲ ਜੀ, ਅਤੇ ਮੈਂ ਨਾ ਉਸ ਸ਼ੌਕ ਨਹੀਂ, ਉਹ ਪਰਵਾਨਾ ਨਹੀਂ ਲੇ, ਉਹ ਤਾਂ ਪਰਵਾਨੇ ਤੋਂ ਲੱਗਿਆ ਸਨ ਮੈਨੂੰ ਸ਼ੌਕ। ਉਸ ਤੋਂ ਬਾਅਦ ਫਿਰ ਨਾ ਅੱਲਾਹ ਦੀ ਮਿਹਰਬਾਨੀ, ਬੜੀ ਕਬੂਤਰਬਾਜ਼ੀ ਕੀਤੀ, ਅਤੇ ਬੜੀਆਂ ਬਾਜ਼ੀਆਂ ਵੀ ਜਿੱਤੀਆਂ। ਉੱਪਰੇ ਰੱਬਾ ਕਬੂਤਰ ਬੜੇ ਚੰਗੇ ਸਨ, ਬਹੁਤ ਹੀ ਚੰਗੇ ਕਬੂਤਰ ਸਨ, ਜਿੰਨ ਸਨ ਮੇਰੇ ਕਬੂਤਰ, ਉਹ ਉਸਤਾਦ ਬਾਬ ਨੇ ਦਿੱਤੇ ਸਨ ਮੈਨੂੰ। ਦੂਸਰੀ ਨਸਲ ਸੀ ਮੇਰੇ ਕੋਲ ਸਰਦਾਰ ਸਦੀਕ ਵਾਲੇ ਕਬੂਤਰ, ਇਹ ਦੋਵੇਂ ਬੜੇ ਚੰਗੇ ਕਬੂਤਰ। ਹੁਣ ਤਾਂ ਜਿਹੜਾ ਹੈਗਾ ਉਸਤਾਦ ਜਿਹੜੇ ਹੈਗੇ ਨੇ, ਉਸਤਾਦ ਕੀ ਹੈ, ਇਹਨੇ ਨਾ ਠੱਗਬਾਜ਼ੀ ਜ਼ਿਆਦਾ ਹੈ, ਅਤੇ ਉਦੋਂ ਵੀ ਹੈਗੀ ਸੀ ਮੈਡੀਸਨ, ਪਰ ਮੇਰਾ ਉਸਤਾਦ ਜ਼ਿਆਦਾ ਨਾ ਦੇਸੀ ਦਵਾਈਆਂ ਇਸਤੇਮਾਲ ਕਰਦਾ, ਪਰ ਮੈਂ ਅੰਗਰੇਜ਼ੀ ਬਹੁਤ ਇਸਤੇਮਾਲ ਕੀਤੀ ਮੇਰੇ। ਹਾਂ, ਮੈਂ ਬਹੁਤ ਇਸਤੇਮਾਲ ਕੀਤੀ ਸ਼ੁਰੂ ਹੀ ਸਾਡੇ ਇਲਾਕੇ 'ਚ, ਮੈਂ ਕੀਤੀ ਇੱਥੇ, ਸਾਡੇ ਇਹਨਾਂ ਨੂੰ ਪਤਾ ਹੀ ਕੋਈ ਨਹੀਂ ਸੀ ਇੱਥੇ ਸਾਡੇ ਇਲਾਕੇ 'ਚ ਵੀ ਅੰਗਰੇਜ਼ੀ ਦਵਾਈ ਕੀ ਹੁੰਦੀ, ਕਿਵੇਂ ਲੈਂਦੇ। ਮੇਰੇ ਬੜੇ ਤਾਲੁਕ ਹੈਗੇ ਸਨ ਲਾਹੌਰ ਸਰਕਾਰੀਆਂ ਨਾਲ, ਫਿਰ ਉਸਤਾਦ ਮੈਨੂੰ ਲੰਦਾ ਹੀ ਰਹਿੰਦਾ ਸੀ, ਉਸਤਾਦ ਰਹਿੰਦਾ ਸੀ ਯਾਰ ਦੇਸੀ ਦਵਾਈ ਇਸਤੇਮਾਲ ਕੀਤਾ ਸਾਨੂੰ, ਪਰ ਮੈਂ ਜ਼ਿਆਦਾ ਫਿਰ ਉਸਤਾਦ ਨੇ ਨਾ ਦੇਸੀ ਦਵਾਈਆਂ 'ਤੇ ਲਾ ਸਕਦਾ। ਅੰਗਰੇਜ਼ੀ ਦਵਾਈਆਂ ਬੜੀਆਂ ਦਿੱਤੀਆਂ ਨੇ, ਬੜੇ ਬੜਾ ਹਿਸਾਬ ਕਿਤਾਬ ਰੱਖਿਆ।
ਇੱਥੇ ਉਹ ਚੇਂਜ ਦੇ ਨਾਲ ਹੀ ਕਰ ਗਈ ਸੀ ਆਦਤ ਹੋ ਗਈ। ਇੱਥੇ ਮੈਂ ਜਦ ਬੱਚਾ ਛੱਡਿਆ 10-11 ਤੱਕ ਉੱਡਦਾ ਸੀ, ਛੱਡਿਆ ਉਹ ਇੱਥੇ 4:30 ਸਾਰੇ ਆਦਤ ਹੋ ਗਏ ਕਬੂਤਰ, ਉਹ ਰਾਤ ਹੀ ਕਰ ਗਈ ਵਿੱਚ। ਬਹੁਤ ਚੰਗੀ ਬੋਲੀ ਸੀ। ਅੱਜ ਕੱਲ੍ਹ ਜਿਹੜੇ ਨੇ ਉਸਤਾਦ ਦੱਸਦੇ ਦੁਸਦੇ ਕੁੱਝ ਨਹੀਂ। 5 ਰੁਪਏ ਦੀ ਦਵਾਈ ਹੁੰਦੀ, ਆਉਂਦੇ ਨੇ ਜੀ 5 ਹਜ਼ਾਰ ਲੱਗ ਗਿਆ, ਸ਼ਿਕਾਇਤਾਂ ਤੋਂ ਇਹਨਾਂ ਇਹਨੇ ਜਾਣਿਆਂ ਕੋਲ ਪੈਸੇ ਠੱਗੀ ਰੱਖਦੇ ਨੇ, ਨਾ ਤਾਂ ਕੋਈ ਦੱਸਦੇ, ਬਣੀ ਬਣਾਈ ਦੇ ਦਿੰਦੇ ਨੇ ਵੀ ਇਹ ਲਾ ਬੱਚਾ ਇਸਤੇਮਾਲ ਕਰ, ਇੰਨੇ ਪੈਸੇ ਲੱਗ ਗਏ, ਇੰਨੇ ਦੇਖਦੇ ਕੋਈ ਗੁੰਮੇ ਆ ਨਾਲ ਆ ਜੇ ਤੈਨੂੰ 2-3-4 ਸਾਲਾਂ ਦੀ ਕੋਈ ਇਕੱਠੀ ਬਣਾ ਦੇਨੇ ਆ, ਇਹਦੇ ਤੇ ਕੋਈ 25,000 ਖਰਚਾ ਆ ਗਿਆ, ਫਿਰ ਫਾਇਦਾ ਸ਼ਿਕਾਇਤ ਬਣਾਉਣ ਦਾ ਉਹਨੂੰ ਕੋਈ ਦੱਸਣਾ ਹੀ ਨਹੀਂ ਚਾਹੇ, ਉਹਨੂੰ ਕੋਈ ਲਿਖਦੇ ਹੀ ਨਹੀਂ ਦੇਣੀ, ਤੇ ਫਿਰ ਕਿਉਂ ਸ਼ਿਕਾਇਤ ਬਣਾਉਂਦੇ ਨੇ? ਐਵੇਂ ਕਾਰੋਬਾਰ ਬਣਾ ਦਿੱਤੇ ਜਾਂਦੇ ਅੱਜ ਕੱਲ੍ਹ ਦੇ ਉਸਤਾਦਾਂ। ਸਹੀ ਗੱਲ ਹੈ, ਅਕਸਰ ਮੈਂ ਬੰਦਿਆਂ ਤੋਂ ਸੁਣਿਆ ਵੀ ਯਾਰ ਆਜੋ ਸੀਜ਼ਨ ਆ ਜਾਂਦਾ ਪਿਆ, ਆਪ ਦਵਾਈਆਂ ਕੋਈ 25-30 ਹਜ਼ਾਰ ਰੁਪਇਆ ਖਰਚਾ ਹੁੰਦਾ, ਖਾਣ ਦਾ ਪੈਸੇ ਦੇ ਦਿਓ ਜੀ, ਗੋਲੀਆਂ ਬਣਾ ਲਈ, ਮੋੜ ਬਣਾ ਲਈ, ਪਾਣੀ ਬਣਾ ਲਈ, ਆਪਾਂ ਨੂੰ 2-4 ਫਰ ਕੰਮ ਦੇਣੇ। ਬਾਕੀ ਸ਼ਿਕਿਲਤ ਅਗਰ ਕਰੋ ਤਾਂ ਫਿਰ ਉਹਨੇ ਜਾਂ ਤਾਂ ਕਰੋ ਵੀ ਕਿਸੇ ਕੋਲ ਕਬੂਤਰ ਲੈ ਕੇ ਨਾ ਜਾਵੇ, ਉਸਤਾਦ ਫੜੋ ਤੇ ਪੀਰ ਦੋਵੇਂ ਸੋਚ ਸਮਝਦੇ ਤੇ ਫਿਰ ਫੜੋ, ਠੱਗਾਂ ਤੋਂ ਬਚੋ, ਬਚ ਜਿਹੜੇ ਠੱਗ ਨੇ ਨਾ ਉਹਨਾਂ ਤੋਂ ਬਚੋ। ਤੇ ਇਸ ਦੌਰ ਦੇ ਵਿੱਚ ਹੁਣ ਜਿਹੜਾ ਹੈ ਨਾ ਉਹ ਬਰਦਾਸ਼ਤ ਵੀ ਘੱਟ ਰਹੇਗੀ, ਸ਼ੌਂਕ ਨੂੰ ਸ਼ੌਂਕ ਸਮਝਦੇ ਕਰੋ, ਹਾਰ ਜਾਓ ਮੰਨੋ ਹਾਰ ਗਏ ਬਈ, ਤੇ ਹੌਸਲੇ ਨਾਲ ਬਾਜ਼ੀ ਛੱਡੋ। ਅਸੀਂ ਛੱਡਦੇ ਸਾਂ ਬੜੇ, ਅਗਰ ਹਾਰ ਜਾਂਦੇ ਤਾਂ ਵੀ ਅਗਲੇ ਨੇ ਜਾ ਕੇ ਘਰੇ ਮੁਬਾਰਕ ਦਿੰਦੇ ਸਾਂ ਬਈ ਤੂੰ ਜਿੱਤ ਗਿਆ, ਜਿੱਤ ਗਏ ਤਾਂ ਕਦੇ ਅਗਲੇ ਨੇ ਪਬਲਿਕ ਨਹੀਂ ਮਾਰੀ, ਨਾ ਉਹਨੂੰ ਦਲੀਲ ਕੀਤਾ, ਜਿੱਤ ਗਏ ਠੀਕ ਹੈ। ਉਹਨਾਂ ਤੋਂ ਬਈ ਗੋਲੇ ਤੇ ਢੋਲ ਲੈ ਕੇ ਅਗਲੇ ਦੇ ਮੂੰਹ ਅੱਗੇ ਜਾਂਦੇ ਰਹਿੰਦੇ ਨੇ, ਉਹ ਇੱਕ ਸ਼ੁਗਲ ਖਤਮ ਕਰਨ ਦੀ ਨਿਸ਼ਾਨੀ ਹੁੰਦੀ, ਸ਼ਰਾਰਤ ਵਾਲੀ ਗੱਲ ਨਹੀਂ ਹੁੰਦੀ। ਅਸੀਂ ਇਹ ਕਦੇ ਨਹੀਂ ਕੰਮ ਕੀਤਾ। ਹੁਣ ਮੇਰੀ ਇੱਥੇ ਸਾਡੇ ਪਿੰਡ ਪਹਿਲੀ ਬਾਜੀ ਉੱਡੀ ਮੇਰੇ ਖਿਲਾਫ਼, ਅਗਲਿਆਂ ਨੇ ਢੋਲ ਵਜਾਏ, ਮੇਰਾ ਸੌਕੜਾ ਵਾਲਾ ਕਬੂਤਰ ਜਿਹਨੂੰ ਹੋ ਜਾਂਦਾ ਸੌਕੜਾ, ਅਕਸਰ ਹੋ ਜਾਂਦਾ ਕਬੂਤਰਾਂ ਨੂੰ। ਮੇਨ ਵਜ੍ਹਾ ਤੇ ਵੀ ਪਾਣੀ ਦੀ ਕਮੀ ਨਾਲ ਹੁੰਦਾ। ਸਭ ਤੋਂ ਬਿਹਤਰੀਨ ਇਲਾਜ ਤੁਹਾਨੂੰ ਦੱਸਣਾ ਵੀ ਕਬੂਤਰ ਨੂੰ ਪਾਣੀ ਦੀ ਕਮੀ ਨਾ ਹੋਵੇ। ਰਾਤ ਨੂੰ ਸੌਣ ਲੱਗੇ ਉਹਨਾਂ ਨੂੰ 10-10 CC ਪਾਣੀ ਦਿੰਦੇ ਰਹੋ ਤੁਸੀਂ, ਕਦੇ ਜ਼ਿੰਦਗੀ 'ਚ ਕਬੂਤਰ ਬਿਮਾਰ ਨਹੀਂ ਹੋਵੇ। ਅਗਰ ਹੋ ਗਿਆ ਸੌਕੜਾ ਤਾਂ ਉਹਨੂੰ ਕਰੋ ਵੀ ਅਸੀਂ ਕਰੋ ਅੱਧਾ ਦੁੱਧ ਬੱਕਰੀ ਦਾ ਹੋਵੇ ਤਾਂ ਸਭ ਤੋਂ ਬਿਹਤਰ ਹੈ, ਨਹੀਂ ਤਾਂ ਗਾਂ ਦਾ ਮਹਿ ਦਾ ਜਿਹੜਾ ਦਿੰਦੇ ਅੱਧਾ ਪਾਣੀ ਅਤੇ 2 ਕਤਰੇ ਵਿੱਚ ਤੇਲ ਦੇ, ਸਰੋਂ ਦਾ ਤੇਲ, ਉਹ ਕਬੂਤਰ ਨੂੰ ਦਿੰਦੇ ਰਹੋ। ਅਤੇ ਜਿਹੜੇ ਕਬੂਤਰ ਨੂੰ ਹੋ ਜਾਂਦਾ ਹੈ ਲਕਵਾ ਬਾਣੀ ਵਾਲ ਜਿਹੜੇ ਗੇੜੇ ਕੱਟਦਾ ਹੈ ਉਹਨੂੰ ਜਿਹੜਾ ਇਲਾਜ ਤਾਂ ਬੜੇ ਨੇ, ਪਰ ਤੁਹਾਨੂੰ ਮੈਂ ਬਿਹਤਰੀਨ ਅਤੇ ਸੌਖਾ ਇਲਾਜ ਦੱਸਣਾ, ਉਸਦਾ ਇਲਾਜ ਇਹ ਵੀ ਜਿਹੜਾ ਜੰਮੂ ਦੀ ਗਿਟਕ ਲੈ ਲਓ, ਉਹਦਾ ਪਾਊਡਰ ਬਣਾ ਲਓ ਚੰਗੀ ਤਰ੍ਹਾਂ, ਪੀ ਦੇ ਪਾਊਡਰ ਬਣਾ ਦੇ, ਅਸੀਂ ਉੱਤੋਂ ਨੋਕ ਫੜਨੀ ਕਬੂਤਰ ਦੀ, ਉਹਦੇ ਨੱਕ ਬੰਦ ਨਾ ਹੋਣ ਕਬੂਤਰ ਦੇ, ਫੜਦੇ ਤੇ ਅਸੀਂ ਚੂੰਡੀ ਵਿੱਚ ਸੱਟਦੇ ਤੇ ਆਹ ਉਂਗਲ ਜਿਹੜੀ ਇੱਥੋਂ ਅਸੀਂ ਮਾਰਨੀ ਕਬੂਤਰ ਦੇ ਇੱਥੇ ਤੱਕ, ਜਿਹੜੀ ਇਹਨੂੰ ਉੱਤੇ ਉਹਦੇ ਤਾਲੂ 'ਤੇ ਲੱਗੇ ਦੁਬਾਰਾ ਅਤੇ ਉਹਨੂੰ ਛੱਡ ਦੇਣਾ। 5-7 ਦਿਨ ਕਰੋ ਇਨਸ਼ਾਅੱਲਾ ਤਾਲਾ ਲਕਵਾ ਜਿਹੜਾ ਬੜੀ ਵਾਹ ਲਕਵਾ ਖਤਮ ਹੋ ਗਿਆ। ਮੇਰੇ ਯਾਰ ਨਾ 3-4 ਕਬੂਤਰਾਂ ਨੂੰ ਇਸ ਟਾਈਮ ਆਖਰ ਮੌਕੇ ਹੋਇਆ ਪਿਆ,
ਚੁੰਡੀ ਸੱਟ ਦੇਣੀ ਹੇਠੋਂ ਆਮ ਗੁੜੀ ਇਹੀ ਮਾਰਨੀ ਜਦੋਂ ਸੱਟ ਦੇਣੀ ਇੱਕ ਹੋਰ ਵੀ ਇਲਾਜ ਹੈ ਉਹ ਇਹ ਵੀ ਹਾੜੀ ਮਿਰਚ ਲੈ ਲਓ ਉਹਦੇ ਅਗਰ ਕੈਪਸੂਲ ਲੱਭ ਜਾਏ ਤਾਂ ਉਹਦੇ ਚ ਪਾ ਲਓ ਕੋਈ 10 ਦਾਣੇ ਹਾੜੀ ਮਿਰਚ ਦੇ ਤੇ ਕੋਈ ਇਹਨਾਂ 2-4 ਤਬਕੇ ਗਿਓ ਦੇ ਸੱਟ ਲਓ ਅਗਰ ਉਹ ਨਹੀਂ ਤਾਂ ਬਸ ਨਹੀਂ ਦਾਦਾ ਲਾ ਲਓ ਵੀ 10 ਦਾਣੇ ਹਾੜੀ ਮਿਰਚ ਦਿਓ ਉਹ ਉਹਦੇ ਮੂੰਹ 'ਤੇ ਸੱਟ ਦਿਓ ਵੀ ਉੱਤੋਂ ਉਹਦਾ 2-4 ਕਤਰੇ ਨਾ ਦੇਸੀ ਗਿਓ ਅਗਰ ਦੇਸੀ ਗਿਓ ਨਹੀਂ ਮਿਲ ਸਕਦਾ ਤਾਂ ਫਿਰ ਇਹਨਾਂ ਤੇਲ ਸਰੋਂ ਦਾ ਪਾ ਦੇਸੀ ਗਿਓ ਮਿਲ ਜਾਏ ਤਾਂ ਸਭ ਤੋਂ ਬਿਹਤਰ ਹੈ ਇਨਸ਼ਾ ਅੱਲਾਹ ਤਾਲਾ ਇਹ ਵੀ ਇਲਾਜ ਬਿਹਤਰੀਨ ਇਲਾਜ ਇਲਾਜ ਤਾਂ ਠੀਕ ਹੈ ਯਾਰ ਨਾਲੇ ਫ੍ਰੀ ਦੇ ਇਲਾਜ ਇਹ ਤਾਂ ਕੋਈ ਵੀ ਕਰ ਸਕਦਾ ਹੈ ਇਹ ਚੀਜ਼ਾਂ ਤਾਂ ਬੰਦੇ ਅਕਸਰ ਘਰੇ ਪਈਆਂ ਨੇ ਇਲਾਜ ਬਿਮਾਰ ਸਹੀ ਹੋ ਜਾਏ ਬਸ ਇਹੀ ਹੈ ਇਹ ਕਬੂਤਰਾਂ ਦਾ ਨਾ ਬਿਮਾਰੀ ਤੋਂ ਖਾਸ ਗੱਲ ਇਹ ਵੀ ਬਿਮਾਰੀ ਤੋਂ ਬਚਾਓ ਕਬੂਤਰਾਂ ਨੂੰ ਹਾਂ ਮੇਨ ਗੱਲ ਤੇ ਬਿਮਾਰੀ ਜਿਹੜੀ ਕਬੂਤਰ ਦਾ ਫੁੱਡੇ ਦਾ ਖਾਸ ਖਿਆਲ ਰੱਖੋ ਦਾਣਾ ਪਾਣੀ ਦਾ ਰੱਖੋ ਦਾਣੇ ਇੰਨੇ ਪਾਣੇ ਚਾਹੀਦੇ ਜਿੰਨੇ ਇੱਕ ਟਾਈਮ ਖਾ ਲਵੇ ਫੁੱਡੇ 'ਚ ਜ਼ਿਆਦਾ ਦਾਣੇ ਪਾਓਗੇ ਉਹਨਾਂ ਦੇ ਵਿੱਟ ਕਰਦੇ ਰਹਿੰਦੇ ਨੇ ਜਰਾਸੀਮ ਦਾਣੇ ਲੱਗਦੇ ਰਹਿੰਦੇ ਨੇ ਉਹ ਫਿਰ ਕਬੂਤਰ ਖਾਂਦੇ ਨੇ ਉਸ ਦੀ ਵਜ੍ਹਾ ਨਾਲ ਇਹਨਾਂ ਕਬੂਤਰ 'ਤੇ ਇਨਫੈਕਸ਼ਨ ਹੁੰਦਾ ਹੈ ਅੰਦਰ ਉਹ ਫਿਰ ਬਿਮਾਰ ਹੁੰਦੇ ਇੰਨੇ ਦਾਣੇ ਪਾਓ ਜਿੰਨੇ ਇੱਕ ਟਾਈਮ ਖਾ ਲਵੇ ਕਬੂਤਰ ਪਾਣੀ ਖਾ ਸਰਦੀ 'ਚ ਵੀ ਪਾਣੀ ਦਾ ਖਾਸ ਖਿਆਲ ਹੋਵੇ ਸਰਦੀ 'ਚ ਵੀ ਸੌਣ ਲੱਗੇ ਤੁਸੀਂ 10-10 ਸੀਸੀ ਕਬੂਤਰਾਂ ਨੂੰ ਪਾਣੀ ਦੇ ਦਿਓਗੇ ਇਨਸ਼ਾਅੱਲਾ ਜ਼ਿੰਦਗੀ 'ਚ ਕਦੇ ਬਿਮਾਰ ਨਹੀਂ ਹੋਵੇਗਾ ਮੇਰਾ ਕਦੇ ਨਹੀਂ ਹੋਇਆ ਅੱਜ ਤੱਕ ਮੇਰੇ ਕੁੱਤੇ 'ਚ ਕਬੂਤਰ ਬਿਮਾਰ ਫਿਰ ਮੇਰਾ ਇਹੀ ਹੈ ਕਿ ਮੈਂ ਕੁੜੀਆਂ ਵੀ ਗਰਮੀ ਹੋਵੇ ਸਰਦੀ ਹੋਵੇ ਮੈਂ ਸੌਣ ਲੱਗੇ ਸਾਰਿਆਂ ਨੂੰ ਪਾਣੀ ਦੇ ਕੇ ਸੌਂ ਬੱਚਿਆਂ ਨੂੰ ਵੀ ਦੇਣਾ ਇਨਸ਼ਾਅੱਲਾ ਉਹ ਕਦੇ ਬਿਮਾਰ ਹੀ ਨਹੀਂ ਹੋਣਗੇ ਰਾਤ ਨੂੰ ਨਹੀਂ ਪੀ ਸਕਦੇ ਸਰਦੀਆਂ 'ਚ ਬਾਜਰਾ ਬੂਜਰਾ ਪਾਉਂਦੇ ਹਾਂ ਗਰਮ ਗਦਾ ਪਾਉਂਦੇ ਹਾਂ ਕਬੂਤਰਾਂ ਨੂੰ ਉਹ ਅਗਰ ਜ਼ਿਆਦਾ ਨੇ ਤਾਂ ਫਿਰ ਤਾਂ ਮਸਲਾ ਹੈ ਘੁੰਮੇ ਜਾਂ ਬਲਬ ਬੁਲਬ ਹੋਵੇ ਥੋੜ੍ਹੀ ਦੇਰ ਲਾ ਦਿਓ ਵੀ ਪਾਣੀ ਪੀ ਲੈ ਨਹੀਂ ਤਾਂ 10-10 CC ਸਾਰਿਆਂ ਨੂੰ ਦੇ ਸੌ ਦਿਓ ਇਨਸ਼ਾਅੱਲਾ ਠੀਕ ਹੋ ਜਾਏਗਾ ਹਾਂਜੀ ਇਹ ਘਰ ਮਹੀਨੇ ਜਿਹੜਾ ਤਾਂ 2 ਗੋਲੀ ਡੈਸਪਰੀਨ ਦੀ ਹੈ ਨਾ ਉਹ ਤੁਸੀਂ ਇਹਨਾਂ ਕੁੰਡੀ 'ਚ ਪਾ ਦਿਓ ਇਹ ਮਹੀਨੇ ਬਾਅਦ ਡੈਸਪਰੀਨ ਦੀ 2 ਗੋਲੀਆਂ ਕੁੰਡੀ 'ਚ ਸੱਟ ਦਿਆ ਕਰੋ ਅਤੇ ਉਹ ਇਹਨਾਂ ਮਿਕਸ ਕਰਤੀ ਆਪੇ ਹੱਲ ਹੋ ਜਾਂਦੀ ਉਹ ਤੁਸੀਂ ਕਬੂਤਰਾਂ ਨੂੰ ਪਿਆਉਂਦੇ ਰਹੋ ਇਨਸ਼ਾਅੱਲਾ ਉਹਦੇ ਨਾਲ ਵੀ ਬੜੀ ਬੱਚਤ ਰਹਿੰਦੀ ਬਾਕੀ ਅਸਲਾਮ ਸਾਰੇ ਕਬੂਤਰਬਾਜ਼ ਭਾਈਆਂ ਨੂੰ ਅਤੇ ਕੋਈ ਕਿਸੇ ਨੂੰ ਕਿਸੇ ਕਿਸਮ ਦੀ ਜ਼ਰੂਰਤ ਹੋਵੇ ਕੋਈ ਚੀਜ਼ ਕੁਛ ਨਹੀਂ ਹੋਵੇ ਬਗੈਰ ਕਿਸੇ ਲਾਲਚ ਤੋਂ ਬਗੈਰ ਕਿਸੇ ਪੈਸੇ ਤੋਂ ਬਿਲਕੁਲ ਹਾਜ਼ਰ ਹੈਗੇ ਹਾਂ ਪੁੱਛ ਸਕਦੇ ਨੇ ਅਤੇ ਬਿਲਕੁਲ ਦੱਸਾਂਗੇ ਇਨਸ਼ਾਅੱਲਾ ਕੋਈ ਮਸਲਾ ਨਹੀਂ ਠੀਕ ਹੈ ਜਨਾਬ ਉਸਤਾਦ ਨੇ ਤੁਹਾਨੂੰ ਦੱਸਿਆ ਜੀ ਬਿਲਕੁਲ ਇਹਨਾਂ ਵਿੱਚ ਕਿਸੇ ਗਾਣ ਦਾ ਪੁੱਛਣਾ ਹੋਵੇ ਉਸਤਾਦ ਹੋਰੀ ਬਿਲਕੁਲ ਬਿਨ ਆਫ ਚੱਲਣਗੇ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਜੀ ਜਿਹੜਾ ਇਲਾਜ ਖਾਸ ਕਰ ਜਿਹੜੇ ਚੜ੍ਹਦੇ ਪੰਜਾਬ ਵਾਲੇ ਮੇਰੇ ਭਰਾ ਨੇ ਉਹਨਾਂ ਨੂੰ ਜ਼ਰੂਰਤ ਹੋਵੇ ਜਾਂ ਕਿਹਨੂੰ ਵੀ ਜ਼ਰੂਰਤ ਪਵੇ ਬਿਨ ਲੋਸ ਜਿਹੜੀ ਚੀਜ਼ ਉਸਤਾਦ ਉਹਨਾਂ ਕੋਲੋਂ ਪੁੱਛੀਏ ਆਪਾਂ ਉਹਦੇ ਤੁਹਾਨੂੰ ਕੋਈ ਪੈਸਾ ਨਹੀਂ ਹੋਵੇਗਾ ਕੋਈ ਤੁਹਾਨੂੰ ਰੁਕਾਵਟ ਨਹੀਂ ਹੋਵੇਗੀ ਤੁਸੀਂ ਪੁੱਛ ਸਕਦੇ ਜੇ ਅਤੇ ਅੱਜ ਦਾ ਵਲੌਗ ਇਹਨੇ ਤੱਕ ਇਨਸ਼ਾਅੱਲਾ
ਅਗਲੀ ਵੀਡੀਓ ਚ ਮਿਲਣੇ, ਖੁਦਾ ਹਾਫਿਜ਼।